अस्सलामुअलैकुम, क्या हाल चाल है? ठीक हो सारे भरा? एक्सीवेटर थोड़ा मसला है उसकी, जेडे जैक न और लेकिन अज के ब्लॉग के दिखाया हुआ सी कि किस तरह एक्सीवेटर के जैक न खोल के फिर उस अंदर सीला पाइया पैदा, ठीक है? तो मेरे ना जुड़े रहा है। ये जो हाजी साहब बुलट खोलने आले, उस तो बाद देखते हैं भाई साहब कितना नंबर का पाना लगना है। इतने त्री नंबर का, जो त्री नंबर के पाने लगने ने दूसरा साइड उ नट खुल सन ये वाले, ये वड्डी पिन बाहर आ सी भाई नसर बैल्ट लेके आए, जो बैल्ट ले सी ये। चलो एक काम करके फिर थोड़े ना मिलते हैं, नट खोल के गड्डी लाइए नाल जी, उत्ते हाथ नहीं पहुंच रहा हाजी साहब का, ठीक है? हम खोल दें। चाबी त्री दिन कितनी की आई है? इत्ते तेरे कोल आई है उत्ते तो पर मशीन तो बगैर तो शाफट बाहर ही को नहीं आनी। ਇਹ ਤਾਂ ਨਸਰ ਤੋਂ ਚੁੱਕ ਨਿਕਲੀ ਹੋਈ ਏ। ਇਹਨਾਂ ਪਤਾ ਕੀ ਤਰੀਕਾ ਹੈ? ਜੀ ਹਾਂ, ਜੇ ਟੈਂ ਪਹਿਲਾਂ ਦੀ ਨਿਕਲ ਪੈਣੀ ਏ ਡਾਊਨ ਹੋ ਗਈ ਸੀ, ਬਿਲਕੁਲ ਡਾਊਨ ਹੋ ਕੇ ਜੈਕ ਕੱਢ ਲੈਣਾ, ਠੀਕ ਹੋ ਗਿਆ। ਇਹਦੀ ਪਾਵਰ ਘਟ ਗਈ ਸੀ, ਪਰਲਾ ਜੈਕ ਰੁਕ ਗਈ ਸੀ, ਇਹ ਬਾਹਰ ਨਿਕਲ ਉਸ, ਠੀਕ ਹੋ ਗਿਆ। ਸਹੀ ਹੈ, ਜਦੋਂ ਇਹ ਬਾਹਰ ਨਿਕਲ ਉਸ ਸੀ, ਯਾਨੀ ਕਿ ਇੱਥੇ ਬਿਲਕੁਲ ਸਲੀਪ ਦੇ ਨਜ਼ਦੀਕ ਆ ਗਈ ਸੀ, ਜੀ ਹਾਂ, ਇਹ ਖੋਲ ਕੇ ਬਾਹਰ ਚੱਕ ਲਈ, ਠੀਕ ਹੋ ਗਿਆ। ਟੈਨਸ਼ਨ ਨਾ ਲੈ, ਐ ਹੁੰਦੀ ਜੀ ਉਸਤਾਦੀ, उस्ताद होने हर चीज पता होंगी के तरीका कार है कि कम अज कम ए अठ तो दह मन वजन है इस पूरे जैक का, लेकिन एक महारत नाल खोलना होंगे, महारत नाल ही थले उतारना होंगे। तो नसर उस्ताद भी काफ़ी ज़्यादा तजर्बा हो चुके हैं ये बारे। ये तो गल अंदर आई चीज समझ गया, सारे ब्रा समझ गए अंदर आई चीज़ें, मतलब सीले सीना और कोई गलत चीज़ ना समझाए जी। हाँ बिल्कुल, ਅਸੀਂ ਭਾਈ ਜਾਨ ਸਾਰਾ ਕੁਝ ਸਮਝ ਗਏ ਆ, ਸਹੀ ਹੈ ਪੂਰੀ ਮਕੈਨਿਕ ਜਿਹੜੀ ਨਹੀਂ ਜੀ, ਜਿਸ ਵੀ ਦੀ ਗੱਲ ਹੈ, ਮਾਂ ਦੇ ਪੇਟ ਤੇ ਕੋਈ ਵੀ ਨਹੀਂ ਸਿੱਖਦਾ, ਬਿਲਕੁਲ ਕੰਮ ਕੀਤਿਆਂ ਪਤਾ ਲੱਗਦਾ ਹੈ ਜੀ। ਸਹੀ ਹੈ, ਹੁਣ ਜਿਵੇਂ ਜਿਵੇਂ ਕੰਮ ਕਰਦਾ ਇੰਨੇ ਇੰਨੇ ਤਜਰਬਾ ਵਧਣਾ, ਇੰਨੇ ਇੰਨੇ ਉਮਰ ਘਟਣੀ ਹੈ ਜੀ, ਤਜਰਬਾ ਵਧਣਾ ਉਮਰ ਨਜ਼ਰੀ ਨਾਲ ਨਾਲ ਘਟ ਬੈਣੀ, ਫਿਰ ਆਖਰ ਤੇ ਇਹਨਾਂ ਤੇ ਕੰਮ ਆ ਵੈਂਦਾ, ਬਿਲਕੁਲ। ਜੇ ਸਾਈਡ ਵਾਲਾ ਬੋਲਟ ਖੁੱਲ ਗਿਆ ਜੀ, ਤੇ ਪਰਲੀ ਸਾਈਡ ਵਾਲਾ ਹਾਈ ਸਾਹਿਬ ਬੋਲਟ ਇਸੇ ਤਰ੍ਹਾਂ ਖੋਲ ਸਨ, ਤੇ ਤੁਹਾਨੂੰ ਦਿਖਾਉਂਦੇ ਹਾਂ। ਅੱਜ ਮੌਸਮ ਬਹੁਤ ਪਿਆਰਾ ਹੈ ਜੀ, ਇਹ ਕੰਮ ਕੀਤਾ ਹੈ ਜਿਸ ਇੱਥੇ ਖੁਦਾਈ ਕੀਤੀ ਹੈ, ਅਤੇ ਪੂਰੇ ਹੀ ਪੱਥਰ ਆਈ ਇਸ ਜਗ੍ਹਾ 'ਤੇ, ਇਸ ਪੱਥਰ ਦੀ ਵਜ੍ਹਾ ਤੋਂ ਮਸ਼ੀਨ ਜਾਂ ਜਿਹੜੇ ਜੈਕ ਦੀ ਸੀਲਾਂ ਲੀਕ ਹੋ ਗਈਆਂ ਜੀ। ਇਹ ਨਾਲ ਹੀ ਸਰਵਿਸ ਰੋਡ ਹੈ, ਮੇਨ ਰੋਡ ਹਾਈਵੇ ਨਹੀਂ ਹੈ ਜੀ, ਸਰਵਿਸ ਰੋਡ ਅੰਦਰ ਆ ਲੈ ਜੀ। ਅਤੇ ਅਸੀਂ ਤੁਹਾਨੂੰ ਮੈਂ ਅੰਦਰ ਆ ਗਿਆ ਜੀ ਮਸ਼ੀਨ ਦੇ ਵਿੱਚ, ਆਈ ਤੱਕ ਤੱਲੇ ਕਰਨਾ ਜਾਂ ਕੁੱਤਾ ਕਰਨਾ, मुशक्कत वाला काम है, इतना आसान काम नहीं है।
चलो तो खोल के मिलते हैं, किस तरह खुलता बैठ ला ले जी, नट शट सारे खोल लें, बैट ला के पगली साइड भी के मिलता है ये थोड़ा दौर वाला काम नहीं है भाई। गाइस जैक तले आ रहा है इस टेस्ट का, दो बंदे तले कर रहे हैं, मशीन बंद कर दीजिए। जैक बाहर आ गया ते अगला काम तो वेखना है किस तरह सीला पौनी है जी। थोड़ी नेट की सफाई हो रही हो रहे हैं।
ਕਿਸ ਤੋਂ ਸੁਣੀਆਂ ਇਹ ਹੁਣ ਅਸੀਂ ਜਿੱਤਰਾ ਜ਼ੋਰ ਲੈਂਦੇ ਲੱਗੇ ਬਸ ਬਾਹਰ ਤੋਂ ਲੈਂਦਾ ਜਿਹੜਾ ਨਾ ਇਹਨਾਂ ਹੱਥ ਨੇ ਕਹਿੰਦੇ ਤੇ ਜ਼ੋਰ ਲੱਗਦਾ ਹੁਣ ਵੇਖ ਲੈ ਸਕਿੰਟ ਲੱਗਦੀ सारे बुल्ट खोल लें जी ते हुण शाफट नूं बाहर कढ़न लगे हां सील होनी है अंदर जो शाफट शाफट भी कहते हैं राड भी कहते हैं ਆਈ ਸਭੀ ਨੂੰ ਕੀ ਕਹਿੰਦੇ ਇਹਨੂੰ ਕੱਪ ਆ ਗਿਆ ਕੱਪ ਹਾਂ ਜੱਗ ਦਾ ਕੱਪ ਜੱਗ ਦੀ ਕੱਪ ਦੀ ਸਫਾਈ ਹੋ ਰਹੀ ਹੋ ਉਸ ਤੋਂ ਬਾਅਦ ਅੰਦਰੋਂ ਇਹ ਜਸੀਲਨ ਕੱਢੀ ਹੋਈ ਸੀ ਉਹ ਬਰੀਕ ਪੇਚ ਕੱਸ ਦੇ ਵੀ ਬਰੀਕ ਪੇਚ ਕੱਸ ਲੈ ਕੇ ਓਏ ਛੋਟਾ ਪੇਚ ਕੱਸ घर बन रहा हाजी साहब कश भी ला नाल ना रहा रहे स्मोकिंग सेहत बस हानिकारक है अपने बच्चे नु सिगरेट तो दूर रखा है Thank you.
ਭਾਈ ਸਾਹਿਬ ਦੋ ਕਿਸਮ ਦੀ ਸੀਲਿੰਗ ਇੱਕ ਅੰਦਰ ਹੁੰਦੀ ਹੈ ਤੇ ਬਾਹਰ ਵਾਲੀ ਹੁੰਦੀ ਹੈ ਨਾ ਹਾਂ ਦੋ ਚੇਂਜ ਹੋ ਸਨ ਦੋ ਚੇਂਜ ਹੋ ਸਨ ਇਹ ਸੈੱਟ ਪੂਰਾ ਪਏ ਪੈਗਾ ਇੱਕ ਮਿੱਟੀ ਵਾਲੀ ਸੀਲ ਹੁੰਦੀ ਹੈ ਇਹ ਮਿੱਟੀ ਅੰਦਰ ਨਾ ਜਾਣ ਦੋ ਇੱਕ ਮੇਨ ਸੀਲ ਹੋ ਗਈ ਇੱਕ ਹੈਲਪਰ ਸੀਲ ਹੋ ਗਈ ਠੀਕ ਹੈ ਅੰਦਰ ਦਾ ਯਾਨੀ ਕਿ ਕਚਰਾ ਮੇਨ ਸੀਲ ਹੀ ਨਾ ਹੋਵੇ ਬਾਹਰ ਵਾਲੀ ਮਿੱਟੀ ਵਾਸਤੇ ਯਾਨੀ ਕਿ ਬਾਹਰ ਦੀ ਮਿੱਟੀ ਅੰਦਰ ਇੱਕ ਵਿੱਚ ਰਹਿੰਦੀ ਨਹੀਂ ਨਹੀਂ ਉਹ ਦੂਸਰੀ ਹੈ ਅੱਛਾ ਉਹ ਕੋਡ ਨਹੀਂ ਚੇਂਜ ਹੋਣੀ ਉਹ ਚੇਂਜ ਨਹੀਂ ਉਹ ਚੇਂਜ ਕਰੀ ਦੀ ਹੈ ਲੇਕਿਨ ਜ਼ਿਆਦਾ ਯਾਨੀ ਕਿ ਨਹੀਂ ਕਰੀ ਠੀਕ हार्ड किस्म की सीट है ना मुख्तारे हाँ जी गाइस सीलें खोल लिया हैं ते हुण जा रहे हैं वर्कशॉप उतो नवे सीलें बनवे सीए ते सीलें बनवा के लिए फिर तुम मिलते हैं थोड़े से दाग हैं वो पॉलिश कर वैसी है फिर नवी सीला बनवा के राड जैक नो फिट कर वैसी है।